ਸਤਿਗੁਰੂ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਉਹਨਾਂ ਸਾਰੀਆਂ ਪੋਸਟਾਂ ਬਾਰੇ ਜਿਨ੍ਹਾਂ ਦਾ ਇਸ਼ਤਿਹਾਰ ਫਰਵਰੀ ਮਹੀਨੇ 'ਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਤੱਕ ਆ ਸਕਦਾ ਹੈ, ਜਿਨ੍ਹਾਂ ਦੇ ਵਿੱਚ ਮਾਸਟਰ ਕੇਡਰ ਦੀਆਂ, ਐਂਟੀਟੀ ਦੀਆਂ, ਮਾਲ ਪਟਵਾਰੀ, ਪੁਲਿਸ ਜਾਂ ਹੋਰ ਬਹੁਤ ਸਾਰੇ ਡਿਪਾਰਟਮੈਂਟ ਨੇ ਜਿਨ੍ਹਾਂ ਦੀਆਂ ਪੋਸਟਾਂ ਕਿ ਬਹੁਤ ਜਲਦ ਪੰਜਾਬ ਸਰਕਾਰ ਜਿਹੜੀ ਉਹਨਾਂ ਦਾ ਇਸ਼ਤਿਹਾਰ ਜਾਰੀ ਕਰੂਗੀ। ਕਿਉਂਕਿ ਭਗਵੰਤ ਮਾਨ ਸਾਹਿਬ ਨੇ ਜਾਂ ਉਹਨਾਂ ਦੇ ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਵਿੱਚੋਂ ਜਿੰਨੀ ਕੁ ਇਨਫੋਰਮੇਸ਼ਨ ਆਈ ਸੀਗੀ ਉਹਦੇ ਅਕੋਰਡਿੰਗ ਅਸੀਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ। ਜਿਹੜੇ ਵੀ ਬੰਦੇ ਚੈਨਲ 'ਤੇ ਨਵੀਂ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਆਉਣ ਵਾਲੀਆਂ ਪੋਸਟਾਂ ਬਾਰੇ। ਜਿਵੇਂ ਕਿ ਤੁਹਾਨੂੰ ਪਤਾ ਕਿ ਸਰਕਾਰ ਲਗਾਤਾਰ ਜਿਹੜੀ ਉਹ ਰੁਜ਼ਗਾਰ ਦੇ ਰਹੀ ਹੈ, ਲਗਾਤਾਰ ਨਵੀਆਂ ਪੋਸਟਾਂ ਆ ਰਹੀਆਂ ਨੇ। ਜਿਵੇਂ ਦੋ ਕੁ ਦਿਨ ਪਹਿਲਾਂ ਵੀ ਇੱਕ ਇਸ਼ਤਿਹਾਰ ਆਇਆ ਸੀਗਾ 1300 ਪਲੱਸ ਪੋਸਟ ਦਾ ਫਾਇਰਮੈਨ ਅਤੇ ਡਰਾਈਵਰਾਂ ਦੀ ਭਰਤੀ ਸੀਗੀ। ਅਤੇ ਹੁਣ ਕਿਉਂਕਿ ਜਿਹੜੀਆਂ ਹੁਣ ਤੱਕ ਪੋਸਟਾਂ ਸਰਕਾਰ ਨੇ ਪੂਰੀਆਂ ਕੀਤੀਆਂ ਨੇ ਉਹ ਸਾਰੀਆਂ ਚੰਨੀ ਸਰਕਾਰ ਵੱਲੋਂ ਆਈਆਂ ਗਈਆਂ ਭਰਤੀਆਂ ਨੇ। ਅਤੇ ਉਹ ਸਾਰਿਆਂ ਦੇ ਪੇਪਰ ਲੈ ਕੇ ਉਹਨਾਂ ਨੂੰ ਆਪਣਾ ਆਫਰ ਲੈਟਰ ਦਿੱਤੇ ਜਾ ਰਹੇ ਨੇ, ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਨੇ। ਅਤੇ ਹੁਣ ਪੰਜਾਬ ਸਰਕਾਰ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਵੱਲੋਂ ਸਾਰੀਆਂ ਪੋਸਟਾਂ ਜਿਹੜੀਆਂ ਉਹ ਕੱਢਣ ਜਾ ਰਹੀ ਹੈ, ਜਿਹੜੀ ਇਹਨਾਂ ਦੀਆਂ ਖੁਦ ਦੀਆਂ ਭਰਤੀਆਂ ਹੋਣਗੀਆਂ। ਜਿਹਦੇ ਵਿੱਚ ਕਿ ਆਪਾਂ ਜੇਕਰ ਗੱਲ ਕਰੀਏ ਤਾਂ ਮਾਲ ਪਟਵਾਰੀ ਜਿਨ੍ਹਾਂ ਦੀ ਪੋਸਟ ਕਿ 700 ਪਲੱਸ ਪੋਸਟ ਆ ਜਿਹੜੀ ਉਹ ਆ ਸਕਦੀ ਹੈ ਅਗਲੇ ਮਹੀਨੇ ਫਰਵਰੀ ਮਹੀਨੇ ਵਿੱਚ, ਇਹਦਾ ਇਸ਼ਤਿਹਾਰ ਜਾਰੀ ਹੋ ਜੂਗਾ। ਅਤੇ ਕੌਂਸਟੇਬਲ ਅਤੇ ਪੁਲਿਸ ਦਾ ਤੁਹਾਨੂੰ ਪਹਿਲਾਂ ਹੀ ਪਤਾ, ਪੁਲਿਸ SI ਦਾ ਉਹ ਪੰਜਾਬ ਸਰਕਾਰ ਨੇ 2022 'ਚ ਹੀ ਐਲਾਨ ਕਰਤਾ ਸੀ ਕਿ ਪੁਲਿਸ ਦੀ ਭਰਤੀ ਆ ਜਿਹੜੀ ਉਹ ਹਰ ਸਾਲ ਆਇਆ ਕਰੂਗੀ 2100 ਪਲੱਸ ਪੋਸਟ, ਜਿਹਦੇ ਵਿੱਚ ਕਿ 1800 ਕੌਂਸਟੇਬਲ ਦੀ ਜਨਵਰੀ ਮਹੀਨੇ 'ਚ। ਹਾਲਾਂਕਿ ਸਰਕਾਰ ਨੇ ਇਹਦਾ ਕਿਹਾ ਸੀ 31 ਜਨਵਰੀ ਤੋਂ ਪਹਿਲਾਂ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ, ਪਰ ਅੱਜ ਇੱਕ ਦਿਨ ਬਾਕੀ ਆ 31 ਜਨਵਰੀ 'ਚ, ਲੱਗ ਨਹੀਂ ਰਿਹਾ ਕਿ ਇਸ ਮਹੀਨੇ ਨੋਟੀਫਿਕੇਸ਼ਨ ਆਜੂਗਾ। ਅਗਲੇ ਮਹੀਨੇ ਜਿਹੜਾ ਇਹ ਨੋਟੀਫਿਕੇਸ਼ਨ ਹੈ ਉਹ ਆਊਗਾ ਫਰਵਰੀ ਮਹੀਨੇ 'ਚ, 300 ਪੋਸਟ SI ਦੀ ਅਤੇ 1800 ਪੋਸਟ ਕੌਂਸਟੇਬਲ ਦੀ। ਅਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਟੀਚਿੰਗ ਲਾਈਨ ਦੀਆਂ ਪੋਸਟਾਂ ਦੀ, ਜਿਹਦੇ ਵਿੱਚ ਕਿ NTT ਦਾ 83-93 ਪੋਸਟਾਂ ਦਾ ਜਿਹੜਾ ਇਤਿਹਾਰ ਪਹਿਲਾਂ ਹੀ ਐਡਵਰਟਾਈਜ਼ਮੈਂਟ ਕੀਤੀ ਹੋਈ ਹੈ, ਪਰ ਕਿਸੇ ਚੱਕਰਾਂ ਕਰਕੇ ਉਹ ਉੱਥੇ ਹੀ ਰੁਕੀ ਪਈ ਹੈ। ਅਤੇ ਪਰ ਹੁਣ ਪੰਜਾਬ ਸਰਕਾਰ ਇਹਦੇ ਵਿੱਚ ਵੀ ਥੋੜ੍ਹੀ ਅਮਾਈਨਮੈਂਟ ਕਰਕੇ ਕਿ ਇਹ ਪੋਸਟਾਂ ਨੂੰ 2-3 ਵਾਰੀ 'ਚ ਕੱਢੂਗੀ 4500 ਕਰਕੇ। ਸ਼ਾਇਦ ਵੈਸੇ ਵੀ ਆਪਾਂ ਬਹੁਤ ਸਾਰੀ ਥਾਵਾਂ 'ਤੇ ਗੱਲਾਂ ਸੁਣੀਆਂ ਨੇ ਕਿ 9000 ਪਲੱਸ ਪੋਸਟ ਆਊਗੀ, 10000 ਪਲੱਸ ਪੋਸਟ ਆਊਗੀ NTT ਦੀ, ਪਰ ਇਹਦੇ ਵਿੱਚ ਵਲੰਟੀਅਰ ਵਗੈਰਾ ਵੀ ਸ਼ਾਮਿਲ ਨੇ। ਤਾਂ ਜਿਹੜਾ ਹੁਣ ਇਨਫੋਰਮੇਸ਼ਨ ਆ ਉਹ ਇਹ ਆ ਵੀ ਫਰਵਰੀ ਮਹੀਨੇ 'ਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਤੱਕ NTT ਦੀ 4500 ਪਲੱਸ ਪੋਸਟ ਜਿਹੜੀ ਉਹ ਆਜੂਗੀ। ਅਤੇ ਮਾਸਟਰ ਕੇਡਰ ਜਿਹੜੀ ਕਿ ਥੋੜ੍ਹੇ ਦਿਨ ਪਹਿਲਾਂ ਹਰਜੋਤ ਬੈਂਸ ਜੀ ਦੀ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਾਸਟਰਾਂ ਦੀਆਂ ਪੋਸਟਾਂ ਜਿਹੜੀਆਂ ਉਹ ਹਰ ਸਾਲ ਭਰਤੀ ਕਰਿਆ ਕਰਾਂਗੇ, ਇਹ ਨਹੀਂ ਹੋਊਗਾ ਕਿ 3 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਇੱਕ ਵਧੀਆ ਭਰਤੀ ਆਊਗੀ, ਹਰ ਸਾਲ ਟੀਚਿੰਗ ਲਾਈਨ 'ਚ ਭਰਤੀ ਆਇਆ ਕਰੂਗੀ। ਅਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਜਿਵੇਂ ਕਿ ਪਹਿਲਾਂ ਪੋਸਟਾਂ ਹੁੰਦੀਆਂ ਸੀਗੀਆਂ ਵੀ ਆਉਂਦੀ ਸੀ ਆਪਣਾ SST ਪੰਜਾਬੀ ਅਤੇ ਹਿੰਦੀ, ਤਿੰਨੇ ਸਬਜੈਕਟਾਂ ਦੀਆਂ ਕਾਫੀ ਘੱਟ ਪੋਸਟਾਂ ਆਈਆਂ ਨੇ ਲਾਸਟ 2-3 ਸਾਲਾਂ ਦੇ ਵਿੱਚ। ਤਾਂ ਉਹ ਜਿਹੜੀ ਆ ਇਸ ਵਾਰ ਸ਼ਾਇਦ ਸਰਕਾਰ ਉੱਥੇ ਗੌਰ ਕਰੂਗੀ ਅਤੇ SST ਪੰਜਾਬੀ ਹਿੰਦੀ ਦੀਆਂ ਪੋਸਟਾਂ ਵਧੀਆ ਗਿਣਤੀ 'ਚ ਹੋਣਗੀਆਂ। ਅਤੇ ਟੋਟਲ 3000 ਪੋਸਟ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਆ ਕਿ ਉਹ ਫਰਵਰੀ ਜਾਂ ਮਾਰਚ ਦੇ ਵਿੱਚ ਨੋਟੀਫਿਕੇਸ਼ਨ ਆਜੂਗਾ। ਅਤੇ ਇਸ ਤੋਂ ਬਿਨਾਂ ਸਿਹਤ ਵਿਭਾਗ ਦੇ ਵਿੱਚ ਵੀ ਵੱਖ ਅੱਗੇ ਕਈ ਡਿਪਾਰਟਮੈਂਟ ਹੁੰਦੇ ਨੇ, ਤਾਂ ਉਹਨਾਂ ਦੀਆਂ ਵੀ ਪੋਸਟਾਂ ਵੀ ਜਿਵੇਂ ਨਰਸਿੰਗ ਵਾਲਾ ਅਲੱਗ ਹੋ ਗਿਆ, ਡਾਕਟਰ ਲਾਈਨ ਅਲੱਗ ਹੋ ਗਈ, ਇਹਦੇ ਵਿੱਚ ਵੀ 2100 ਪਲੱਸ ਪੋਸਟ ਜਿਹੜੀ ਉਹ ਆਜੂਗੀ ਨੈਕਸਟ ਮੰਥ, ਜਿਹੜਾ ਐਡਵਰਟਾਈਜ਼ਮੈਂਟ ਹੋਜੂ। ਅਤੇ ਪੁੱਡਾ 500 ਪੋਸਟ ਇਹਦੇ ਵਿੱਚ ਪੁੱਡਾ ਵਿਭਾਗ ਦੇ ਵਿੱਚ ਆਊਗੀ। ਅਤੇ ਇੱਕ ਜਿਹੜਾ ਨਾਇਬ ਤਹਿਸੀਲਦਾਰ ਦਾ ਸੀਗਾ, ਜਿਹੜਾ ਨਾਇਬ ਤਹਿਸੀਲਦਾਰ ਦਾ ਪੇਪਰ ਸੀਗਾ ਜਿਹੜਾ ਪਿਛਲੀ ਵਾਰੀ ਤੁਸੀਂ ਵੀ ਕਾਫੀ ਸੁਣਿਆ ਕਿ ਪੇਪਰ ਉਹ ਲੀਕ ਹੋਇਆ ਸੀਗਾ ਅਤੇ ਬਹੁਤ ਸਾਰੇ ਇਹਦੇ ਵਿੱਚ ਫੜੇ ਵੀ ਗਏ, ਉਹ ਪੇਪਰ ਆ ਜਿਹੜਾ ਉਹ ਅਗਲੇ ਮਹੀਨੇ ਦੁਬਾਰਾ ਪੇਪਰ ਲਿਆ ਜਾਣਾ, ਹੋ ਸਕਦਾ ਮਾਰਚ ਤੱਕ ਪੇਪਰ ਚੱਲ ਜੇ, ਉਹੀ ਸੇਮ ਪੇਪਰ ਸੇਮ ਪੋਸਟਾਂ ਦਾ ਅਗਲੇ ਮਹੀਨੇ ਪੇਪਰ ਉਹਦਾ ਕੰਡਕਟ ਕਰਵਾਇਆ ਜਾਊਗਾ ਸਰਕਾਰ ਵੱਲੋਂ। ਅਤੇ ਇਹ ਸਾਰੀਆਂ ਜਿਹੜੀਆਂ ਭਰਤੀਆਂ ਨੇ ਐਡਵਰਟਾਈਜ਼ਮੈਂਟ ਹੋਜੂਗੀ ਫਰਵਰੀ 'ਚ ਜਾਂ ਮਾਰਚ ਦੇ ਵਿੱਚ। ਜੇਕਰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਤੁਹਾਡੇ ਤੱਕ ਮਾਸਟਰ ਕੇਡਰ ਦੀ ਜਾਂ ਹੋਰ ਵੀ ਜੋਬਸ ਦੀ ਹਰ ਇੱਕ ਅਪਡੇਟ ਅਸੀਂ ਦੇਵਾਂਗੇ। ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਥੈਂਕ ਯੂ ਸੋ ਮੱਚ।